ਉਹਦੀ ਮੀਡੀਆ ਕੀ ਸਮਝਦਾ ਵੈ 84 ਦੀ ਜਿਹੜੀ ਹਕੂਮਤ ਸੀ ਉਹਨੇ ਕੀ ਸਮਝਿਆ ਵੈ ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸ਼ਹੀਦ ਕਰਕੇ 84 ਦਾ ਵਾਕਿਆ ਕਰਕੇ ਅੱਜ ਅਸੀਂ ਜਿਹੜਾ ਹੁੰਦਾ ਨਾ ਕਿਸਾਨਾਂ ਨੂੰ ਅਸੀਂ ਸ਼ਹੀਦ ਕਰਕੇ ਕਿ ਅਸੀਂ ਕਾਮਯਾਬ ਹੋ ਗਏ ਹਾਂ ਅਸੀਂ ਜਨਾਬ ਜਿੱਤ ਗਏ ਹਾਂ ਨਹੀਂ ਉਹ ਜਿੱਤੇ ਨਹੀਂ ਹੈ ਸਾਡੇ ਕੋਲੋਂ ਪੁੱਛੋ ਆਵਾਮ ਕੋਲੋਂ ਪੁੱਛੋ ਕਿ ਜਿੱਤਿਆ ਕੌਣ ਹੈ ਹਿਸਟਰੀ ਸਾਬਤ ਕੀ ਕਰੇਗੀ ਕਿ ਕੌਣ ਜਿੱਤਿਆ ਵੈ ਜਿੱਤੇ ਆ ਤਾਂ ਕਿਸਾਨ ਜਿੱਤੇ ਆ ਜਿੱਤੇ ਆ ਤਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੱਤੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੈਗਾਮ ਹੈ ਹੱਕ ਤੇ ਖਲੋਵੋ ਚਾਹੇ ਤੁਹਾਡੀ ਜਾਨ ਜਾਂਦੀ ਹੈ ਜਾਂ ਅਸਲਾਮ ਅਲੈਕੁਮ ਵਿਵਰਸ ਕਿਸਾਨਾਂ ਦੇ ਨਾਲ ਬੜਾ ਵੱਡਾ ਜ਼ੁਲਮ ਹੋਣ ਦਿਆ ਵੈ ਅਤੇ ਸਿੱਖਾਂ ਦੇ ਨਾਲ ਹੋਣ ਦਿਆ ਵੈ ਸਿੱਖਾਂ ਦੇ ਨਾਲ ਹੋਣ ਦਿਆ ਵੈ ਅਤੇ ਕਿਉਂ ਹੋਣ ਦਿਆ ਵੈ ਇਹਦੀ ਅਸਲ ਵਜ੍ਹਾ ਕੀ ਹੈ ਡਾਕਟਰ ਸੁਖਪ੍ਰੀਤ ਸਿੰਘ ਜੀ ਦੀ ਵੀਡੀਓ ਲੈ ਕੇ ਆਏ ਹਾਂ ਬੜੀ ਹੀ ਅਹਿਮ ਜਾਣਕਾਰੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਲਾਜ਼ਮੀ ਦੇਖੋ ਪਹਿਲੇ ਆਪਾਂ ਵੀਡੀਓ ਦੇਖਾਂਗੇ ਉਸ ਤੋਂ ਬਾਅਦ ਫਿਰ ਆਪਾਂ ਰੇਟ ਕਰਾਂਗੇ ਵਟਸਐਪ ਆਉਂਦੇ ਆ ਇੰਸਟਾਗ੍ਰਾਮ ਆਉਂਦੇ ਆ ਫੇਸਬੁੱਕ ਆਉਂਦੇ ਆ ਫੇਸਬੁੱਕ 'ਤੇ ਮੇਰੇ ਪੇਜ ਨੂੰ ਲਾਈਕ ਕਰੋ ਵਟਸਐਪ 'ਤੇ ਮੈਨੂੰ ਮਜ਼ੀਦ ਇੱਦਾਂ ਦੀਆਂ ਵੀਡੀਓ ਸੈਂਡ ਕਰੋ ਸੋ ਆਹ ਵੀਡੀਓ ਸਟਾਰਟ ਕਰੀਏ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰ ਪ੍ਰਦੇਸ਼ ਦੇ ਵਿੱਚ ਲਖੀਮਪੁਰ ਦੇ ਵਿੱਚ ਕਿਸਾਨ ਸੰਘਰਸ਼ ਦੇ ਦੌਰਾਨ ਜਿਸ ਤਰ੍ਹਾਂ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਾਡੇ ਕਿਸਾਨ ਭਰਾਵਾਂ ਨੂੰ ਭਾਜਪਾ ਸਰਕਾਰ ਦੇ ਇੱਕ ਕੇਂਦਰੀ ਮੰਤਰੀ ਦੇ ਵੱਲੋਂ ਬੜੀ ਹੀ ਸਾਜਿਸ਼ ਦੀ ਨੀਤੀ ਦੇ ਤਹਿਤ ਇੱਕ ਕਹਿ ਸਕਦੇ ਹਾਂ ਕਿ ਸਾਜਿਸ਼ੀ ਕਤਲੇਆਮ ਕਿ ਕਿਸ ਤਰ੍ਹਾਂ ਦੇ ਨਾਲ ਉਸ ਰੋਸ ਮੁਜ਼ਾਹਰਾ ਕਰ ਰਹੇ ਸ਼ਾਂਤਮਈ ਕਿਸਾਨ ਭਰਾਵਾਂ ਦੇ ਉੱਪਰ ਗੱਡੀਆਂ ਚੜ੍ਹਾ ਦਿੱਤੀਆਂ ਗਈਆਂ ਜਿਸ ਨੂੰ ਇੱਕ ਕਹਿ ਸਕਦੇ ਹੋ ਕਿ ਛੋਟੇ ਪੱਧਰ ਦੇ ਉੱਪਰ ਜ਼ਰੂਰ ਇੱਕ ਨਸਲਕੁਸ਼ੀ ਦਾ ਨਾਮ ਜ਼ਰੂਰ ਦਿੱਤਾ ਜਾ ਸਕਦਾ ਪਰ ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਬਹੁਤ ਲੋੜ ਹੈ ਕਿਉਂਕਿ ਜਦੋਂ ਤੁਸੀਂ ਭਾਜਪਾ ਦੀ ਜਾਂ ਫਿਰ ਸੰਘ ਦੀ ਦੰਗਾਕਾਰੀ ਨੀਤੀ ਦਾ ਵੱਖ ਵੱਖ ਪੁਰਾਣੇ ਸਮੇਂ 'ਚ ਵਾਪਰੇ ਜਿਹੜੇ ਇਵੇਂ ਦੇ ਵਰਤਾਰੇ ਨੇ ਜਦੋਂ ਉਹਨਾਂ ਦੇ ਅਧਿਐਨ ਕਰੋਗੇ ਚਾਹੇ ਤੁਸੀਂ ਉਹਨਾਂ ਦਾ ਗੁਜਰਾਤ ਮਾਡਲ ਜਿਹੜਾ ਸੀ ਦੰਗਿਆਂ ਦਾ ਜਿਹਦੇ ਬਾਰੇ ਕਮਿਊਨਲ ਕੰਬੈਟ ਮੈਗਜ਼ੀਨ ਦੇ ਵਿੱਚ ਬਹੁਤ ਕੁਝ ਛਪ ਚੁੱਕਾ ਸੀ ਤੀਸਤਾ ਇੱਕ ਜਰਨਲਿਸਟ ਸੀ ਉਸਨੇ ਕਾਫੀ ਜ਼ਿਆਦਾ ਇੱਥੇ ਕੰਮ ਜਿਹੜਾ ਸੀ ਉਹ ਕੀਤਾ ਸੀ ਗੁਜਰਾਤ ਫਾਈਲਸ ਦੇ ਵਿੱਚ ਕਾਫੀ ਕੰਮ ਹੋਇਆ ਸੋ ਜਿਹੜੀ ਉਹਨਾਂ ਦੀ ਦੰਗਾਕਾਰੀ ਪ੍ਰਵਿਰਤੀ ਅਤੇ ਨੀਤੀ ਹੈ ਇਸੇ ਤਰ੍ਹਾਂ ਮਾਲੇਗਾਓਂ ਧਮਾਕੇ ਦੇ ਵਿੱਚ ਵੇਖ ਲਓ ਇਹਦੇ ਵਿੱਚ ਇੱਕ ਅਹਿਮ ਪੱਖ ਇਹ ਹੁੰਦਾ ਹੈ ਕਿ ਹਮੇਸ਼ਾ ਹੀ ਜਿਹੜੀ ਭਾਜਪਾ ਦੀ ਇਹ ਦੰਗਾਕਾਰੀ ਨੀਤੀ ਹੈ ਉਹਦੇ ਅਨੁਸਾਰ ਪੀੜਤ ਧਿਰ ਨੂੰ ਹਿੰਸਕ ਬਣਾ ਕੇ ਪੇਸ਼ ਕੀਤਾ ਜਾਂਦਾ ਜਿਹੜੀ ਧਿਰ ਪੀੜਤ ਹੁੰਦੀ ਹੈ ਉਸ ਨੂੰ ਹਿੰਸਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਵਾਪਰੇ ਵਰਤਾਰੇ ਤੋਂ ਪਹਿਲਾਂ ਸਾਰੇ ਮਾਧਿਅਮਾਂ ਦੇ ਰਾਹੀਂ ਇੱਕ ਇਵੇਂ ਦਾ ਵਰਤਾਂਤ ਸਿਰਜ ਦਿੱਤਾ ਜਾਂਦਾ ਹੈ ਕਿ ਲੋਕ ਸੱਚਮੁੱਚ ਹੀ ਉਸ ਪੀੜਤ ਧਿਰ ਨੂੰ ਹਿੰਸਕ ਮੰਨਣ ਦੇ ਵਾਸਤੇ ਮਜਬੂਰ ਹੋ ਜਾਂਦੇ ਨੇ ਲਖੀਮਪੁਰ ਦੀ ਘਟਨਾ ਵੇਖ ਲਓ ਇਸ ਤੋਂ ਪਹਿਲਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਔਰ ਖਾਸ ਕਰਕੇ ਜਿਹੜਾ ਉੱਥੋਂ ਦਾ ਭਾਜਪਾ ਦਾ ਮੰਤਰੀ ਸੀ ਉਸ ਨੇ ਆਪਣੇ ਇੱਕ ਛੋਟੇ ਜਿਹੇ ਇਕੱਠ ਦੇ ਵਿੱਚ ਜਿਸ ਤਰ੍ਹਾਂ ਦੀ ਤਕਰੀਰ ਕੀਤੀ ਤੁਸੀਂ ਉਸ ਤਕਰੀਰ ਦੀ ਸ਼ਬਦਾਵਲੀ ਨੂੰ ਸਮਝ ਲਓ ਜਦੋਂ ਉਹ ਕਹਿੰਦਾ ਹੈ ਕਿ ਸ਼ਾਇਦ ਇਹ ਮੇਰੇ ਬਾਰੇ ਜਾਣਦੇ ਨਹੀਂ ਮੈਂ ਇੱਕ ਮੰਤਰੀ ਔਰ ਇੱਕ ਸਾਂਸਦ ਹੋਣ ਤੋਂ ਪਹਿਲਾਂ ਕੁਝ ਹੋਰ ਵੀ ਸੀ ਅਤੇ ਇਹਦੇ ਜਿਹੜੇ ਗੁੱਝੇ ਅਰਥ ਹੁੰਦੇ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਕਿ ਕਿਤੇ ਨਾ ਕਿਤੇ ਉਹ ਸਾਰੇ ਲੋਕਾਂ ਦੇ ਵਿੱਚ ਵਰਤਾਂਤ ਕਿਵੇਂ ਸਿਰਜਿਆ ਜਾਂਦਾ ਹੈ ਜੇਕਰ ਤੁਸੀਂ ਉਸ ਤਕਰੀਰ ਦਾ ਦੂਜੇ ਪੱਖ ਦਾ ਅਧਿਐਨ ਕਰੋਗੇ ਇੱਕ ਤਾਂ ਸਾਨੂੰ ਇੰਝ ਲੱਗੂ ਕਿ ਜਿਵੇਂ ਇੱਕ ਧਮਕੀ ਦਿੱਤੀ ਜਾ ਰਹੀ ਹੈ ਬਿਲਕੁਲ ਸਾਡੇ ਨਜ਼ਰੀਏ ਤੋਂ ਉਹ ਗੱਲ ਹੈ ਪਰ ਜਦੋਂ ਉਸਦਾ ਤੁਸੀਂ ਦੂਜਾ ਰੂਪ ਵੇਖੋਗੇ ਤਾਂ ਜਿਹੜੇ ਉਹਦੇ ਆਪਣੇ ਹਮਾਇਤੀ ਨੇ ਉਹਨਾਂ ਦੇ ਵਿੱਚ ਉਹ ਪੇਸ਼ਕਾਰੀ ਇਸ ਤਰ੍ਹਾਂ ਦੀ ਕਰ ਰਿਹਾ ਕਿ ਸਾਨੂੰ ਹਿੰਸਾ ਦੇ ਵਾਸਤੇ ਜਾਂ ਫਿਰ ਸਾਨੂੰ ਇਹਨਾਂ ਦੇ ਖਿਲਾਫ ਖੜ੍ਹੇ ਹੋਣ ਦੇ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਹੁੰਦਾ ਹੈ ਕਿਸਾਨ ਖਾਲਿਸਤਾਨੀ ਨੇ ਇਹਨਾਂ ਦੇ ਜਿਹੜੇ ਸੰਘਰਸ਼ ਨੇ ਉਹਨਾਂ 'ਚ ਬੱਬਰ ਖਾਲਸਾ ਦੇ ਲੋਕ ਸ਼ਾਮਿਲ ਨੇ ਇਹ ਅੱਤਵਾਦੀ ਨੇ ਵੱਖਵਾਦੀ ਨੇ ਭਾਵ ਕਿ ਸਭ ਤੋਂ ਪਹਿਲਾਂ ਉਸ ਸੰਘਰਸ਼ ਕਰ ਰਹੇ ਸ਼ਾਂਤਮਈ ਲੋਕਾਂ ਦੇ ਖਿਲਾਫ ਇੱਕ ਵਰਤਾਂਤ ਜਿਹੜਾ ਇੱਕ ਨੈਰੇਟਿਵ ਜਿਹੜਾ ਉਹ ਸੈੱਟ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਕੋਈ ਇਵੇਂ ਦੀ ਘਟਨਾ ਜਾਂ ਵਾਰਦਾਤ ਹੋਣ ਦੇ ਵਿੱਚ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਕੁਛ ਜਾਗਰੂਕ ਲੋਕ ਹੁੰਦੇ ਨੇ ਜਿਹੜਾ ਇਸ ਦਾ ਬੜਾ ਕ੍ਰਿਟੀਕਲ ਐਨਾਲਿਸਿਸ ਕਰਦੇ ਨੇ ਜਿਸ ਤਰ੍ਹਾਂ ਮੈਂ ਅੱਜ ਵੀ ਪੜ੍ਹ ਰਿਹਾ ਸੀ ਕਿਸੇ ਨੇ ਬੜੀ ਵਧੀਆ ਗੱਲ ਕੀਤੀ ਕਿ ਪੁਰਾਣੇ ਸਮਿਆਂ ਦੇ ਵਿੱਚ ਜਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਕੁਝ ਘਟਨਾਵਾਂ 'ਤੇ ਪਰਦਾ ਪੈ ਜਾਂਦਾ ਸੀ ਅਤੇ ਮੀਡੀਆ ਜਿਹੜਾ ਸੀ ਉਸ ਗੱਲ ਨੂੰ ਅੱਗੇ ਲੈ ਕੇ ਆਉਂਦਾ ਸੀ ਹੁਣ ਮੀਡੀਆ ਵਾਪਰੀ ਘਟਨਾ ਦੇ ਉੱਪਰ ਪਰਦਾ ਪਾਉਂਦਾ ਹੈ ਜਾਂ ਝੂਠ ਦਾ ਵਰਤਾਂਤ ਸਿਰਜਿਆ ਅਤੇ ਲੋਕ ਸੱਚ ਲੱਭਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਸਹੀ ਗੱਲ ਹੈ ਦੈਨਿਕ ਜਾਗਰਣ ਅਖਬਾਰ ਦੇ ਵਿੱਚ
खबर का जिहड़ा टाइटल सी बिल्कुल पंजाब की एक अपने आप नूं पंजाब की आवाज़ अखवाउण वाली अखबार का टाइटल भी उस तरह का सी, जिस टाइटल तो ही तुसीं ये अंदाजा लगा सकते हो कि लखीमपुर खीरी दे विच हिंसा इन्ने व्यक्तियों की मौत। इस तरह जागरण का टाइटल सी कि लखीमपुर में किसानों का उपद्रव, 8 लोगों की मौत। सो तुसी वेखो कि वह सारे मीडिया दे किस तरह यह जी पेशकारी है वह कर दिती जाती है। तो जेकर जिहड़ियां अज जिहड़ियां वीडियो सामने आईयां ने, जिहड़ियां मौके दे उपर जिहड़े उत्थों दे चशमदीद गवाह ने, जिहड़ियां उन्हां ने अपने फोनस दे विच रिकॉर्ड कर लिया, एक 25 मिनट की है, एक 13-14 माफ़ करना, एक 25 सैकेंड की है, एक 13-14 सैकेंड की है। उन्होंने जो समझिए तो फिर तुहानूं लगता है कि मीडिया जिहड़ा है किसी वापरी घटना के बारे अपना वरतांत किवें सरजदा है, किस तरह के नाल जो दोषी ने वह दोष मुक्त किए जाते हैं और सच की होंगे। आ कुछ समय पहला एक बलात्कार होया सी, मेरे ख्याल 5 साल हो गए, तो अखबार की खबर सी कि बलात्कार होया ही नहीं। 4 साल बाद जो दोषियों नू सज़ा हो गई तो सज़ा भी यह हुई कि जोड़े 4 बलात्कारी सी उन्होंने उम्र कैद, मौत दे कह सकते हो कि जिंदगी दे अंतम साह तक, मौत तक उम्र कैद। तो उस अखबार की फिर यह सुरखी सी कि फलाने केस के बलात्कारियों अंतम साह तक मौत की सज़ा, पर उही खबर 4 साल पहला अखबार कह रही थी अपने टाइटल दे विच कि बलात्कार होया ही नहीं। सो इस करके ये जिहड़े सारे वरतारे वापर रहे ने इन्हां दे विच जिहड़ियां ये फासिस्ट जिहड़ियां सरकारां ने जिन्हां दे विच असीं गल करदे हां कि डेमोक्रेसी है पर है नहीं। दरअसल आ जाके ये एक तानाशाही है जिसनों डेमोक्रेसी का नाम दिता जा रहा है, आ जाके सारा एक बस्तीवाद है। किस तरह लोगों की आवाज़ को दबाना है, किस तरह लोगों के मुजाहरों को दबाना है, किस तरह लोगों के संघर्ष को दबाना है, तो किस तरह के नाल लोगों की जमीन दबनिया ने, है सब कुछ उही है, कुछ भी नहीं बदलिया। हुण जदों ये सारा वरतारा वापरिया लखीमपुर के विच, तां खैर अजे हुण तक जदों तक मैं तुहाडे नाल गल सांझी कर रहा उदों तक जिहड़ी फस्ट इनफॉर्मेशन रिपोर्ट है FIR दीआं कापियां जिहड़ियां उह मीडिया दे विच नहीं आईआं, पर आ जाके जिहड़ियां रिपोर्टां जां उन्हां FIRs दे बारे जिहड़ियां कंसोआं वख-वख माध्यमां दे विच आईआं, उन्हां दे विच तां गल केवल इन्नी है जी हादसा होया ते जिहड़ा केस है अणपछाते व्यक्तियों दे उपर, ते जिहड़ा उत्थों दा राज कह सकदे हो कि अपना राज दा गृह मंत्री केंद्र दे विच है, गृह राज मंत्री, उहदे उपर जां उहदे लड़के दे उपर अजे तक कोई केस नहीं। और हैरानगी दी गल है कि जिहड़ी अजे तक कल नूं FIR दे विच की कुछ सामने आउंदा उह गल वक्खरी है, पर अजे तक जो खबरां आ रहीआं ने उहनां दे मुताबक दोहां धिरां दे उपर जिहड़े ने उह केस दर्ज कीते गए ने कि जिहड़ा दंगा सी उह होया। हुण जिहड़ियां जे ये वीडियो सामने ना आउंदियां, कल नूं पता नहीं कि जुडिशियल ग्राउंडस दे उपर ये वीडियो या इन्हां दे आधार दे उपर किसी दोषी नूं सज़ा हुंदी या नहीं हुंदी, ये तो बाद दीआं गल्लां ने, क्योंकि फिलहाल तो सरकार ने जिहड़े पीड़ित ने जिन्हां ने इस संघर्ष दे लेखे अपनियां जानां लाईआं ने उन्हां दे परिवारां नूं 45-45 लाख रुपया, जिन्हां दे विच्चों लवप्रीत सिंह जिहड़ा ने उन्हां दी भैण दे जिहड़े बयान आ वह आए भी ने सोशल माध्यम के उपर कि सानू पैसे की लोड़ नहीं, सानू इंसाफ की लोड़ है। इंसाफ के विच भी ठीक है, गई हुई जाना वापस हुण कौन लियावेगा, पर गल तो यह है कि कुछ समय के वास्ते मसले नू मुआवजे के रूप के ठंडा कर दिता जाता है, तो उस तो बाद एक लंबा समा जिहड़ा वो लोगों अदालतों के गेड़े कटद्या लंघ जाते हैं, इंसाफ कितें नहीं मिलता। जेकर 84 का नहीं मिलिया तो ये वाले इंसाफ हुण कित्थों मिल रहे हैं। पर ये जिहड़ियां वीडियो ने जेकर इन्हां दा तुसीं सच वेखो तो जो अखबारां दे विच जो नरेटिव बनाया जाता है, जो व्याख्या की जाती है, जो वरतांत सिरजिया जाता उहदे विच ते असलीत दे विच कोहां दा अंतर है। हुण उहदे विच अजीत जिहड़े ने उन्हां दी एक वीडियो आई सी, पुराने जर्नलिस्ट ने उन्होंने बकायदा किया है कि जिहड़ी महिंद्रा थार है सूत्रां दे मुताबक वह उस मंत्री दा जिहड़ा बेटा है आशीष मिश्रा वह चला रहा है, तो पूरी बहों की कमीज पाई है। और सारे घटनाक्रम वापरन तो बाद यही मंत्री का मुंडा दो चैनलों को संबोधित होंदा है, एक दे विच उसने उही पूरी बहों की उही रंग की कमीज पहनी हुई है,
ਤੇ ਉਹਦੇ ਤੋਂ ਬਾਅਦ ਜਦੋਂ ਉਹ ANI ਦੇ ਨਾਲ ਕੋਈ ਗੱਲ ਕਰ ਰਿਹਾ ਹੁੰਦਾ ਉਦੋਂ ਉਸ ਦੀਆਂ ਅੱਧੀਆਂ ਬਾਹਾਂ ਦੀ ਕਮੀਜ਼ ਹੈ ਉਹ ਕਹਿੰਦੇ ਨੇ ਕਿ ਇੱਕ ਬੰਦੇ ਦੇ ਕੋਲੋਂ ਇੰਨਾ ਵੱਡਾ ਕਹਿ ਸਕਦੇ ਹੋ ਕਿ ਘੋਰ ਪਾਪ ਤੇ ਕਤਲੇਆਮ ਹੋਇਆ ਹੋਵੇ ਤੇ ਕੀ ਉਹਨੂੰ ਬਾਰ ਬਾਰ ਉੱਥੇ ਕੱਪੜੇ ਬਦਲਣੇ ਸੁੱਜ ਰਹੇ ਹੁੰਦੇ ਨੇ। ਸਵਾਲ ਬੜਾ ਅਹਿਮ ਹੈ ਕਿ ਇਹਦਾ ਮਤਲਬ ਕਿ ਜੋ ਹੋਇਆ ਸੱਚਮੁੱਚ ਜੇਕਰ ਤੁਸੀਂ ਉਹਦੇ ਵਿੱਚ ਜੇਕਰ ਇਸ ਸਾਰੇ ਬਰਤਾਂਤ ਨੂੰ ਸਿਰਜਣ ਦੀ ਗੱਲ ਵਾਲੇ ਪਾਸੇ ਵੇਖੋਗੇ ਤੇ ਜਿਸ ਤਰ੍ਹਾਂ ਦੇ ਨਾਲ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਇਹ ਗੱਲ ਕੀਤੀ ਸੀ ਕਿ ਕੋਈ ਗੱਲ ਨਹੀਂ ਕੁਛ ਹੋ ਵੀ ਜਾਵੇ ਜੇਲ੍ਹ ਦੇ ਵਿੱਚ ਚਲੇ ਵੀ ਜਾਓ ਤਾਂ ਵੀ ਤੁਸੀਂ ਲੀਡਰ ਬਣ ਕੇ ਬਾਹਰ ਆਓਗੇ, ਇਹਦਾ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਜਾਂ ਫਿਰ ਇਵੇਂ ਦੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਘਟਨਾਵਾਂ ਵਾਪਰੀਆਂ ਨੇ ਇਹਨਾਂ ਦੀ ਕੋਈ ਜਾਂਚ ਪੜਤਾਲ ਨਹੀਂ ਹੋਵੇਗੀ। ਕਿਉਂਕਿ ਜਦੋਂ ਖੁਦ ਹੀ ਆਪਣੇ ਜਿਹੜੇ ਪਾਰਟੀ ਦੇ ਵਰਕਰ ਨੇ ਨਾ ਜਦੋਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਆਪਣੇ ਗਰੁੱਪ ਬਣਾਓ ਤੇ ਜੈਸੇ ਨੂੰ ਤੈਸਾ ਵਰਗਾ ਵਰਤਾਓ ਕਰੋ ਤੇ ਜੇਲ੍ਹ ਦੇ ਵਿੱਚ ਚਲੇ ਵੀ ਜਾਓਗੇ, ਹੁਣ ਜੇਲ੍ਹ ਦੇ ਵਿੱਚ ਕੁਛ ਕਰਕੇ ਹੀ ਜਾਣਾ ਨਾ, ਇਹਦਾ ਮਤਲਬ ਉਹਨਾਂ ਨੂੰ ਹਿੰਸਾ ਕਰਨ ਦੇ ਵਾਸਤੇ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ। ਹੁਣ ਇੱਕ ਜਿਹੜੀ ਥਾਰ ਮਹਿੰਦਰਾ ਹੈ ਜੇਕਰ ਉਹਦਾ ਮੰਤਰੀ ਦਾ ਬੇਟਾ ਆਸ਼ਿਸ਼ ਮਿਸ਼ਰਾ ਚਲਾ ਰਿਹਾ ਤੇ ਜਿਹੜੀ ਫੋਰਚੂਨਰ ਹੈ ਜਿਹੜੀ ਉਹਦੇ ਪਿੱਛੇ ਆ ਰਹੀ ਹੈ ਉਹ ਵੀ ਉਸੇ ਤਰ੍ਹਾਂ ਹੀ ਕਿਸਾਨ ਭਰਾਵਾਂ ਨੂੰ ਦਰੜਦੀ ਹੋਈ ਅੱਗੇ ਲੰਘਦੀ ਹੈ ਤੇ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਤਾਂ ਇਸੇ ਹੀ ਰਾਜਨੀਤਿਕ ਪਾਰਟੀ ਦੇ ਵਰਕਰ ਹੋਣਗੇ। ਤੇ ਜੇਕਰ ਸਾਰੀ ਵੀਡੀਓ ਨੂੰ ਵੇਖੋ ਤੇ ਉਹਦੇ ਵਿੱਚ ਕੀ ਹੈ, ਕਿਸਾਨ ਕਾਲੇ ਝੰਡੇ ਲੈ ਕੇ ਖੜੇ ਨੇ, ਕਿਸਾਨ ਯੂਨੀਅਨਾਂ ਦੇ ਝੰਡੇ ਲੈ ਕੇ ਖੜੇ ਨੇ, ਗੱਡੀਆਂ ਦਾ ਕਾਫਲਾ ਲੰਘ ਰਿਹਾ, ਉਹ ਨਾਰੇ ਲਗਾ ਰਹੇ ਨੇ, ਸ਼ਾਂਤਮਈ ਪ੍ਰਦਰਸ਼ਨ ਹੈ, ਕੋਈ ਗੱਡੀ ਨਹੀਂ ਰੋਕੀ ਜਾਂਦੀ। ਪਰ ਉਸੇ ਦਿਨ ਦੀਆਂ ਅਖਬਾਰਾਂ ਦੇ ਵਿੱਚ ਜਦੋਂ ਘਟਨਾ ਵਾਪਰ ਜਾਂਦੀ ਹੈ ਤੇ ਅਗਲੇ ਦਿਨ ਜਿਹੜੀਆਂ ਅਖਬਾਰਾਂ ਛਪਦੀਆਂ ਨੇ ਉਹਦੇ ਵਿੱਚ ਉਸ ਮੰਤਰੀ ਜਾਂ ਮੰਤਰੀ ਨਾਲ ਸੰਬੰਧਿਤ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਬਿਆਨ ਪੜੋ, ਕਾਫਲਾ ਲੰਘ ਰਿਹਾ ਸੀ, ਪਥਰਾਅ ਕੀਤਾ ਗਿਆ, ਕਾਫਲੇ ਦੇ ਉੱਪਰ ਹਮਲਾ ਕੀਤਾ ਗਿਆ, ਮੰਤਰੀ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਸਨੇ ਭੱਜ ਕੇ ਜਾਨ ਬਚਾਈ, ਗੱਡੀਆਂ ਸਾੜ ਦਿੱਤੀਆਂ ਗਈਆਂ, ਸਾਡੇ ਵਰਕਰ ਜਿਹੜੇ ਸੀ ਉਹਨਾਂ ਦੀਆਂ ਮੌਤਾਂ ਹੋ ਗਈਆਂ, ਇੱਕ ਪੱਤਰਕਾਰ ਜਿਹੜਾ ਸੀ ਉਸ ਨੂੰ ਕਿਸਾਨਾਂ ਨੇ ਜਿਹੜਾ ਸੀਗਾ ਉਸ ਹਿੰਸਕ ਵਰਤਾਰੇ ਦੇ ਵਿੱਚ ਖਤਮ ਕਰ ਦਿੱਤਾ, ਜਦੋਂ ਕਿ ਵੀਡੀਓ ਦੇ ਵਿੱਚ ਸਭ ਕੁਛ ਉਲਟ ਹੈ। ਔਰ ਇੱਥੋਂ ਤੱਕ ਕਿ ਉਹੀ ਪੱਤਰਕਾਰ ਜਿਹੜਾ ਰਮਨ ਕਸ਼ਯਪ ਹੈ ਉਸਦੇ ਪਿਤਾ ਦੀ ਲਲਨ ਟੌਪ ਯੂਟਿਊਬ ਚੈਨਲ ਦੇ ਉੱਪਰ ਇੱਕ ਛੋਟੀ ਜਿਹੀ ਮੁਲਾਕਾਤ, ਇੱਕ ਛੋਟੀ ਜਿਹੀ ਵੀਡੀਓ, ਔਰ ਉਹ ਬੜਾ ਸਪਸ਼ਟ ਕਹਿ ਰਹੇ ਨੇ ਕਿ ਉਹਨਾਂ ਦੇ ਬੱਚੇ ਨੂੰ ਇਹ ਜਿਹੜੇ ਭਗਵਾਧਾਰੀ ਨੇ ਇਹਨਾਂ ਦੀਆਂ ਕਹਿ ਸਕਦੇ ਹੋ ਕਿ ਹਿੰਸਕ ਭੀੜਾਂ ਜਿਹੜੀਆਂ ਭੂਤਰੀਆਂ ਹੋਈਆਂ ਸੀ ਉਹਨਾਂ ਦੀਆਂ ਗੱਡੀਆਂ ਦੇ ਹੇਠ ਦਰੜਿਆ ਗਿਆ। ਔਰ ਉੱਥੇ ਇੱਕ ਵਿਅਕਤੀ ਦੀ ਇਹ ਵੀ ਆਵਾਜ਼ ਆ ਰਹੀ ਹੈ ਕਿ ਉਸਦੇ ਹੱਥ ਦੇ ਵਿੱਚ ਗੋਲੀ ਵੀ ਲੱਗੀ ਹੋਈ ਸੀ। ਪਰ ਜਿਹੜੀਆਂ ਪੋਸਟਮਾਰਟਮ ਰਿਪੋਰਟਸ ਜਿਹੜੀਆਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਹੀ ਸਰਦਾਰ ਗੁਰਿੰਦਰ ਸਿੰਘ ਜਿਹੜੇ ਇਸ ਸੰਘਰਸ਼ ਦੇ ਲੇਖੇ ਉੱਥੇ ਆਪਣੀ ਜਾਨ ਲਾ ਗਏ ਨੇ, ਉਹਨਾਂ ਦੀ ਪੋਸਟਮਾਰਟਮ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਵੀ ਜਿਸ ਤਰ੍ਹਾਂ ਦੇ ਸਰੀਰ ਦੇ ਉੱਪਰ ਜ਼ਖਮਾਂ ਦੇ ਨਿਸ਼ਾਨ ਦਿਖਾਏ ਗਏ ਨੇ ਉਹਨਾਂ ਦੇ ਮੁਤਾਬਕ ਸਿਰਫ ਇੱਕ ਹਾਦਸਾ ਹੈ। ਸਰੀਰ ਦੇ ਉੱਪਰ ਝਰੀਟਾਂ ਨੇ, ਲੱਤਾਂ ਬਾਹਾਂ 'ਤੇ ਝਰੀਟਾਂ ਨੇ, ਛਾਤੀ ਦੇ ਉੱਪਰ ਝਰੀਟਾਂ ਦੇ ਜ਼ਖਮ ਨੇ, ਜਦੋਂ ਕਿ ਪਰਿਵਾਰ ਕਹਿ ਰਿਹਾ ਕਿ ਲਾਸ਼ ਘਰ ਦੇ ਵਿੱਚ ਪਈ ਹੈ, ਅਸੀਂ ਯੂਪੀ ਤੋਂ ਨਹੀਂ ਇਹਦਾ ਦਿੱਲੀ ਤੋਂ ਦੁਬਾਰਾ ਪੋਸਟਮਾਰਟਮ ਕਰਾਉਣਾ ਚਾਹੁੰਦੇ ਹਾਂ। ਔਰ ਪਈ ਹੋਈ ਲਾਸ਼ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਇੱਕ ਸਾਈਡ ਦੇ ਸਿਰ ਤੋਂ ਗੋਲੀ ਲੱਗ ਕੇ ਪਿਛਲੇ ਪਾਸੇ ਨਿਕਲੀ ਹੋਈ ਹੈ, ਪਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਵੀ ਫਾਇਰ ਆਰਮ ਦੀ ਇੰਜਰੀ ਨਹੀਂ ਹੈਗੀ। ਇਹ ਤਾਂ ਕੇਵਲ ਝਰੀਟਾਂ ਨੇ ਜਿਹੜੀਆਂ ਕਿ ਉਸੇ ਗੱਡੀਆਂ ਦੇ ਦੌਰਾਨ ਜਿਹੜੀਆਂ ਸੀਗੀਆਂ, ਹਾਦਸੇ ਦੇ ਦੌਰਾਨ ਜਿਹੜੀਆਂ ਸੀ ਹੋ ਗਈਆਂ। ਸੋ ਇੱਕ ਪੱਤਰਕਾਰ ਦੀ ਮੌਤ ਹੁੰਦੀ ਹੈ, ਦੋਸ਼ੀ ਉਹ ਧਿਰ ਹੈ ਜਿਹੜੀ ਧਿਰ ਗੱਡੀਆਂ ਚੜ੍ਹਾ ਰਹੀ ਹੈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਿਆਂ ਦੇ ਉੱਪਰ, ਅਤੇ ਦੋਸ਼ੀ ਕਿਸਾਨਾਂ ਨੂੰ ਬਣਾਇਆ ਜਾ ਰਿਹਾ। ਮੈਂ ਆਰੰਭ ਦੇ ਵਿੱਚ ਇਹੀ ਗੱਲ ਕਹੀ ਸੀ ਨਾ ਕਿ ਜਿੰਨਾ ਚਿਰ ਤੱਕ ਤੁਸੀਂ ਇਸ ਮਾਨਸਿਕਤਾ ਨੂੰ ਨਹੀਂ ਸਮਝੋਗੇ ਕਿ ਇਸ ਮਾਨਸਿਕਤਾ ਦੇ ਵਿੱਚ ਪੀੜਿਤ ਧਿਰ ਨੂੰ ਪਹਿਲਾਂ ਹਿੰਸਕ ਬਣਾਉਣ ਦਾ ਜਿਹੜਾ ਪ੍ਰਵਚਨ ਹੈ ਉਹ ਸਿਰਜਿਆ ਜਾਂਦਾ ਹੈ। ਸੋ ਇਸ ਗੱਲ ਨੂੰ ਹੀ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਦੋਹਾਂ ਥਾਵਾਂ ਦੇ ਉੱਪਰ ਜਿੱਥੇ ਕਹਿ ਸਕਦੇ ਹੋ ਕਿ ਰਾਜਨੀਤਿਕ ਧਿਰਾਂ ਦੀ ਇੱਕ ਸਾਜ਼ਿਸ਼ੀ ਵਿਧੀ ਦੇ ਨਾਲ ਇੱਕ ਸਪੌਂਸਰਡ ਵਾਇਲੈਂਸ ਹੈ, ਸਟੇਟ ਸਪੌਂਸਰਡ ਵਾਇਲੈਂਸ ਇਹਨੂੰ ਕਹਿ ਸਕਦੇ ਹਾਂ, ਇਸ ਸਟੇਟ ਸਪੌਂਸਰਡ ਵਾਇਲੈਂਸ ਦੇ ਸਾਹਮਣੇ ਹੁਣ ਕਿਸਾਨ ਸੰਘਰਸ਼ ਦੀ ਰਣਨੀਤੀ ਕੀ ਹੋਵੇ? ਕਿਸਾਨ ਜਥੇਬੰਦੀਆਂ ਨੂੰ ਇਸ ਨੂੰ ਬੜੇ ਧਿਆਨ ਦੇ ਨਾਲ ਹੁਣ ਅੱਗੇ ਲਿਜਾਣ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ। ਕਿਤੇ ਖਾਲਿਸਤਾਨੀਆਂ ਦੀ ਗੱਲ ਆ ਜਾਂਦੀ ਹੈ, ਕਿਤੇ ਉਹ ਕਹਿ ਦਿੰਦੇ ਨੇ ਕਿ ਸੰਤ ਜਰਨੈਲ ਸਿੰਘ ਦੀ ਤਸਵੀਰ ਵਾਲੀ ਟੀ ਸ਼ਰਟ ਪਾਈ ਸੀ, ਕਿਤੇ ਬੱਬਰ ਖਾਲਸਾ ਦਾ ਹੱਥ ਹੈ। ਇਹ ਤਾਂ ਸਾਰੇ ਇਸ ਸੰਘਰਸ਼ ਨੂੰ ਖਤਮ ਕਰਨ ਦੇ ਵਾਸਤੇ ਸਿਰਜੇ ਜਾ ਰਹੇ ਬਰਤਾਂਤ ਨੇ। ਗੱਲ ਤਾਂ ਇਹ ਹੈ ਕਿ ਜੇਕਰ ਹਰਿਆਣੇ ਦੇ ਵਿੱਚ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਤੁਸੀਂ ਜੈਸੇ ਕੋ ਤੈਸਾ ਦਾ ਵਰਤਾਅ ਕਰੋ, ਵੱਧ ਤੋਂ ਵੱਧ ਜੇਲ੍ਹਾਂ ਦੇ ਵਿੱਚ ਜਾਣਾ ਪਵੇਗਾ, ਜੇਲ੍ਹਾਂ ਦੇ ਵਿੱਚੋਂ ਤੁਸੀਂ ਵੱਡੇ ਲੀਡਰ ਬਣ ਕੇ ਬਾਹਰ ਆਓਗੇ। ਇਸੇ ਤਰ੍ਹਾਂ ਲਖੀਮਪੁਰ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਗੱਡੀਆਂ ਦੇ ਹੇਠ ਦਰੜ ਕੇ ਜਿਹੜਾ ਉਹ ਖਤਮ ਕੀਤਾ ਜਾ ਰਿਹਾ,
इस तरह सारे थावां दे उपर जेकर वर्तारे होणगे तां किते ना किते तुहानूं इस गल नूं समझणा चाहीदा है कि भाजपा की जिहड़ी मैं पहली दंगाकारी नीति की गल की सी कि सब तो पहला वो अपने दुश्मन नूं हिंसक होण दा वरतांत सिरजदे ने, उस तों बाद हिंसा करके उसनों खत्म भी करते हैं, तो जिहड़ा पीड़ित हुंदा उसनों मीडिया विच हिंसक बना दिता जांदा। सो इस सारे वर्तारे नूं बहुत ध्यान दे नाल समझण की लोड़ है। बेशक साडे भरा जिन्हां दीआं जानां जा चुकियां ने वो वापस नहीं आउणे, पर कम से कम संघर्ष तां इन्नी इमानदारी दे नाल करिए कि उन्हां दी आत्मा नूं शांति तां जरूर मिल सके। इन्नियां बेनतियां प्रवान पत्ते की सांझ सतकार साहिब आखणा जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਵਰਸ, ਇਹ ਸੀ ਅੱਜ ਦੀ ਵੀਡੀਓ। ਡਾਕਟਰ ਸੁਖਪ੍ਰੀਤ ਸਿੰਘ ਜੀ ਬਿਲਕੁਲ ਠੀਕ ਕਹਿੰਦੇ ਸੀਗੇ, ਮੌਜੂਦਾ ਸਿਸਟਮ ਦਾ ਜਨਾਜ਼ਾ ਨਿਕਲਣ ਦਿਆ ਵੈ, ਗੋਦੀ ਮੀਡੀਆ ਦਾ ਜਨਾਜ਼ਾ ਨਿਕਲ ਗਿਆ ਵੈ, ਲੋਕਾਂ ਨੂੰ ਪਤਾ ਚੱਲ ਗਿਆ ਵੈ ਹੱਕ ਕੀ ਹੈ ਸੱਚ ਕੀ ਹੈ। ਇਹ ਹੁਣ ਮੌਜੂਦਾ ਸਿਸਟਮ ਨਹੀਂ ਰਹਿ ਸਕਦਾ ਮੌਜੂਦਾ, ਕਿਉਂਕਿ ਮੌਜੂਦਾ ਸਿਸਟਮ ਦੇ ਵਿੱਚ ਇਨਸਾਫ ਨਹੀਂ ਮਿਲ ਸਕਦਾ ਗਰੀਬ ਬੰਦੇ ਨੂੰ। ਡਾਕਟਰ ਸੁਖਪ੍ਰੀਤ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਵੈ ਕਿ 84 ਦੇ ਵਾਕਏ ਦੇ ਵਿੱਚ ਇਨਸਾਫ ਨਹੀਂ ਮਿਲਿਆ, ਅਤੇ ਇਹਦੇ ਵਿੱਚ ਸਾਨੂੰ ਕਿਸ ਤਰ੍ਹਾਂ ਇਨਸਾਫ ਮਿਲ ਜਾਏਗਾ, ਇਹਦੇ ਵਿੱਚ ਇਨਸਾਫ ਨਹੀਂ ਮਿਲੇਗਾ। ਗੋਦੀ ਮੀਡੀਆ ਕੀ ਸਮਝਦਾ ਵੈ, 84 ਦੀ ਜਿਹੜੀ ਹਕੂਮਤ ਸੀ ਉਹਨੇ ਕੀ ਸਮਝਿਆ ਵੈ, ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂ ਜੀ ਵਾਲਿਆਂ ਨੂੰ ਸ਼ਹੀਦ ਕਰਕੇ, 84 ਦਾ ਵਾਕਿਆ ਕਰਕੇ, ਅੱਜ ਅਸੀਂ ਜਿਹੜੇ ਹੁੰਦੇ ਨਾ ਕਿਸਾਨਾਂ ਨੂੰ ਅਸੀਂ ਸ਼ਹੀਦ ਕਰਕੇ ਕਿ ਅਸੀਂ ਕਾਮਯਾਬ ਹੋ ਗਏ ਹਾਂ, ਅਸੀਂ ਜਨਾਬ ਜਿੱਤ ਗਏ ਹਾਂ? ਨਹੀਂ, ਉਹ ਜਿੱਤੇ ਨਹੀਂ ਹੈ। ਸਾਡੇ ਕੋਲੋਂ ਪੁੱਛੋ, ਆਵਾਮ ਕੋਲੋਂ ਪੁੱਛੋ ਕਿ ਜਿੱਤਿਆ ਕੌਣ ਹੈ। ਹਿਸਟਰੀ ਸਾਬਤ ਕੀ ਕਰੇਗੀ ਕਿ ਕੌਣ ਜਿੱਤਿਆ ਵੈ, ਜਿੱਤੇ ਹੈ ਤਾਂ ਕਿਸਾਨ ਜਿੱਤੇ ਹੈ, ਜਿੱਤੇ ਹੈ ਤਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਜੀ ਵੱਲ ਜਿੱਤੇਗਾ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੈਗਾਮ ਹੈ, ਹੱਕ 'ਤੇ ਖਲੋਵੋ, ਚਾਹੇ ਤੁਹਾਡੀ ਜਾਨ ਜਾਂਦੀ ਹੈ ਜਾਵੇ, ਚਾਹੇ ਤੁਹਾਡਾ ਮਾਲ ਜਾਂਦਾ ਵੈ ਜਾਏ, ਚਾਹੇ ਤੁਹਾਡੀ ਔਲਾਦ ਜਾਂਦੀ ਹੈ ਜਾਵੇ, ਲੇਕਿਨ ਹੱਕ ਦਾ ਸਾਥ ਨਹੀਂ ਛੱਡਣਾ। ਹੱਕ 'ਤੇ ਰਹੋਗੇ ਤਾਂ ਕਾਮਯਾਬ ਹੈ। ਮੌਜੂਦਾ ਸਿਸਟਮ ਦੇ ਵਿੱਚ ਅੱਜ ਤੁਸੀਂ ਮੈਨੂੰ ਆਪਣੇ ਦਿਲ 'ਤੇ ਹੱਥ ਰੱਖ ਕੇ ਸੱਚੇ ਦਿਲ ਨਾਲ ਤੁਸੀਂ ਮੈਨੂੰ ਦੱਸੋ, ਜਿਹੜੇ ਲੋਕ ਬਾਬਾ ਜਰਨੈਲ ਸਿੰਘ ਭਿੰਡਰਾਂ ਜੀ ਵਾਲੇ ਨੂੰ ਜਿਹੜੇ ਆਤੰਕਵਾਦੀ ਕਹਿੰਦੇ ਆ, ਜਿਹੜੇ ਉਹਨੂੰ ਦੇਸ਼ ਦਰੋਹੀ ਕਹਿੰਦੇ ਰਹੇ ਆ, ਉਹ ਅੱਜ ਮੈਨੂੰ ਦੱਸੇ, ਅੱਜ ਉਹਦਾ ਸਿਸਟਮ, ਅੱਜ ਉਹਦਾ ਨਿਜ਼ਾਮ ਹੁੰਦਾ, ਕਿਆ ਇਸ ਤਰ੍ਹਾਂ ਹੋ ਸਕਦਾ ਸੀਗਾ? ਅਗਰ ਕੋਈ ਇਸ ਤਰ੍ਹਾਂ ਕਰਦਾ, MPA MNA ਨੇ ਕਿਸੇ ਦੀ ਗਰੀਬ ਲੜਕੀ ਨਾਲ ਬਲਤਕਾਰ ਕੀਤਾ ਸੀਗਾ, ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂ ਜਿਹੜੇ ਨੇ ਟੋਟੇ ਟੋਟੇ ਕਰਕੇ ਉਹਦੇ ਘਰ ਪਹੁੰਚਾ ਦਿੱਤਾ ਸੀਗਾ, ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂ ਜਿਹੜੇ ਦਾ ਅੱਜ ਸਿਸਟਮ ਹੁੰਦਾ, ਉਹ ਆਪ ਹੁੰਦੇ, ਅਤੇ ਅੱਜ ਵੀ ਇਹੀ ਹੋਣਾ ਸੀਗਾ? ਤੁਸੀਂ ਮੈਨੂੰ ਆਪ ਦੱਸੋ ਕਿ ਬਾਬਾ ਜਰਨੈਲ ਸਿੰਘ ਭਿੰਡਰਾਂ ਜਿਹੜੇ ਦਾ ਸਿਸਟਮ ਜ਼ਿਆਦਾ ਅੱਛਾ ਵੈ ਜਾਂ ਮੌਜੂਦਾ ਸਿਸਟਮ ਜ਼ਿਆਦਾ ਅੱਛਾ ਵੈ? ਮੌਜੂਦਾ ਸਿਸਟਮ ਦੇ ਵਿੱਚ ਰਹਿਣ ਵਾਲੇ ਲੋਕ ਸ਼ਰੀਆ ਲਾ ਨੂੰ ਗਲਤ ਕਹਿੰਦੇ ਆ ਕਿ ਸ਼ਰੀਆ ਲਾ ਬੜਾ ਗਲਤ ਹੈ, ਸ਼ਰੀਆ ਲਾ ਦਾ ਅੱਜ ਹੀ ਸ਼ਰੀਆ ਲਾ ਨਾਫਜ਼ ਹੋਵੇ, ਸ਼ਰੀਆ ਲਾ ਦੇ ਮੁਤਾਬਕ ਇਹਨਾਂ ਦੀਆਂ 24-48 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਦੀਆਂ ਗਰਦਨਾਂ ਕਲਮ ਕੀਤੀਆਂ ਜਾਣਗੀਆਂ, ਇਹਨੂੰ ਕਹਿੰਦੇ ਸ਼ਰੀਆ ਲਾ? ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂ ਜੀ ਵਾਲੇ ਦੇ ਸਿਸਟਮ ਨੂੰ, ਅਸੀਂ ਉਹਦੇ ਨਿਜ਼ਾਮ ਨੂੰ ਸ਼ਰੀਆ ਲਾ ਕਹਿੰਦੇ ਹਾਂ। ਉਹ ਇੱਕ ਹੱਕ ਦਾ ਨਿਜ਼ਾਮ ਲੈ ਕੇ ਆਏ ਸੀ, ਉਹ ਇੱਕ ਸੱਚ ਦਾ ਨਿਜ਼ਾਮ ਲੈ ਕੇ ਆਏ ਸੀਗੇ। ਅੱਜ ਲੋਕ ਉਹਨਾਂ ਨੂੰ ਬੜੇ ਮਿਸ ਕਰਦੇ ਹੋਣਗੇ, ਲੇਕਿਨ ਉਹਨਾਂ ਦਾ ਸਿਸਟਮ, ਇਹਦਾ ਇਸ ਨਿਜ਼ਾਮ ਦਾ ਇੱਕੋ ਹੀ ਹੱਲ ਹੈ, ਇਹਦੇ ਵਿੱਚ ਇਨਸਾਫ ਨਹੀਂ ਮਿਲ ਸਕਦਾ। ਤੁਸੀਂ ਜੋ ਮਰਜ਼ੀ ਕਰ ਲਓ, ਹੋਏਗਾ ਕੀ ਐਂਡ 'ਤੇ ਆ ਕੀ ਹੋਏਗਾ? ਸੁਲ੍ਹਾ ਹੋ ਜਾਏਗੀ, ਦੋਵੇਂ ਫਰੀਕ ਸੁਲ੍ਹਾ ਕਰਨਗੇ ਅਤੇ ਕੰਮ ਖਤਮ ਹੋ ਜਾਵੇਗਾ। ਮਤਲਬ ਕਿ ਅੱਜ ਲੋਕ ਧਰਨਾ ਕਰਨ ਦੇ ਆ, ਅੱਜ ਲੋਕ ਕਿੰਨਾ ਗੁੱਸਾ ਵੈ, ਅਖੀਰ ਕੀ ਇਹਦਾ ਹੋਏਗਾ? ਮੌਜੂਦਾ ਸਿਸਟਮ ਦੇ ਵਿੱਚ ਅਖੀਰ ਕੀ ਹੋਏਗਾ? ਅਖੀਰ ਇਹੀ ਹੋਏਗਾ, ਦੋਵੇਂ ਪਾਰਟੀਆਂ ਸੁਲ੍ਹਾ ਕਰਨਗੀਆਂ, ਤਰੀਕਾਂ ਅਤੇ ਤਰੀਕਾਂ ਭੁਗਤ ਭੁਗਤ ਕੇ ਐਂਡ 'ਤੇ ਆ ਕੇ ਸੁਲ੍ਹਾ ਕਰਨਗੀਆਂ ਅਤੇ ਮਾਮਲਾ ਖਤਮ ਹੋ ਜਾਏਗਾ। ਮੌਜੂਦਾ ਸਿਸਟਮ ਦੇ ਵਿੱਚ ਨਿਜ਼ਾਮ ਨਹੀਂ ਮਿਲ ਸਕਦਾ, ਇਹਦਾ ਸਿਰਫ ਇੱਕੋ ਹੀ ਹੱਲ ਹੈ, ਖਾਲਸਾ ਰਾਜ। ਖਾਲਸਾ ਰਾਜ ਆਏਗਾ ਅਤੇ ਗਰੀਬ ਨੂੰ ਵੀ ਇਨਸਾਫ ਮਿਲੇਗਾ, ਅਮੀਰ ਵੀ ਬਰਾਬਰੀ ਦੇ ਉੱਤੇ ਆਏਗਾ। ਮੌਜੂਦਾ ਸਿਸਟਮ ਦਾ ਤੁਸੀਂ ਇਹ ਹਿਸਾਬ ਲਾਓ, ਪੂਰੀ ਦੁਨੀਆ ਨੂੰ ਪਤਾ ਵੈ ਜ਼ਾਲਮ ਕੌਣ ਹੈ, ਮਜ਼ਲੂਮ ਕੌਣ ਹੈ। ਅਗਰ ਨਹੀਂ ਪਤਾ ਤਾਂ ਗੋਦੀ ਮੀਡੀਆ ਨੂੰ ਨਹੀਂ ਪਤਾ ਕੀ ਹੋਇਆ ਵੈ, ਅਗਰ ਨਹੀਂ ਪਤਾ ਮੌਜੂਦਾ ਅਦਾਲਤਾਂ ਨੂੰ ਨਹੀਂ ਪਤਾ ਕਿ ਜ਼ਾਲਮ ਕੌਣ ਹੈ, ਮਜ਼ਲੂਮ ਕੌਣ ਹੈ। ਪੂਰੀ ਦੁਨੀਆ ਨੂੰ ਪਤਾ ਵੈ ਕਿਸਾਨ ਹੱਕ ਦੇ ਉੱਤੇ ਹੈ, ਪੂਰੀ ਦੁਨੀਆ ਨੂੰ ਪਤਾ ਬਾਬਾ ਜਰਨੈਲ ਸਿੰਘ ਭਿੰਡਰਾਂ ਜੀ ਵਾਲਾ ਹੱਕ ਦੇ ਉੱਤੇ ਸੀਗੇ। ਅਸੀਂ ਮੁਸਲਮਾਨ, ਅਸੀਂ ਪਾਕਿਸਤਾਨੀ, ਅਸੀਂ ਪੰਜਾਬੀ, ਬਾਬਾ ਜਰਨੈਲ ਸਿੰਘ ਭਿੰਡਰਾਂ ਜੀ ਵਾਲੇ ਕਿਸਾਨਾਂ ਦੀ ਅਸੀਂ ਸਪੋਰਟ ਕਰਨੇ ਹੈ ਅਤੇ ਕਰਦੇ ਰਹਾਂਗੇ। ਬਾਕੀ ਇਸ ਸਿਸਟਮ ਦੇ ਵਿੱਚ ਰਹਿ ਕੇ ਤੁਸੀਂ ਜੋ ਮਰਜ਼ੀ ਕਰ ਲਓ, ਇਹਦੇ ਵਿੱਚ ਇਨਸਾਫ ਨਹੀਂ ਮਿਲ ਸਕਦਾ। ਇਸ ਸਿਸਟਮ ਨੂੰ, ਇਸ ਸ਼ੈਤਾਨੀਅਤ ਦੇ ਸਿਸਟਮ ਨੂੰ ਖਤਮ ਕਰਨਾ ਪਏਗਾ, ਇੱਥੇ ਖਾਲਸਾ ਰਾਜ ਨੂੰ ਕਾਇਮ ਕਰਨਾ ਪਏਗਾ। ਖਾਲਸਾ ਰਾਜ ਕੋਈ ਅਸਮਾਨਾਂ ਤੋਂ ਨਹੀਂ ਆਏਗਾ, ਕੋਈ ਜੇਬ ਜਿਹੀ ਪਾ ਕੇ ਕਿਸੇ ਨੇ ਨਹੀਂ ਲਿਆਉਣਾ। ਉਹ ਬਾਬਾ ਜਰਨੈਲ ਸਿੰਘ ਭਿੰਡਰਾਂ ਜੀ ਵਾਲੀ ਦੀ ਸੋਚ ਸੀ, ਉਹਦੇ ਉੱਤੇ ਚੱਲਣਾ ਪਏਗਾ, ਉਹੀ ਖਾਲਸਾ ਰਾਜ ਹੈ। ਉਹਨਾਂ ਨੇ ਅਮਨ, ਸਕੂਨ, ਸ਼ਾਂਤੀ ਕਾਇਮ ਕਰਕੇ ਦੱਸੀ ਹੈ ਕਿ ਨਹੀਂ ਦੱਸੀ?
बाकी डॉक्टर सुखप्रीत सिंह जी की वीडियो बिल्कुल अच्छी सी, अच्छी जानकारी से इन्हों की, असी किसानों का सपोर्ट करने हैं तो करते रहेंगे। इस वीडियो में जिन्ना शेयर हो सकता तुम उन्ना करो। बाकी मेरी एक अपनी राय से, मेरा एक अपना ख्याल से, ताड़ा ही ख्याल है, ताड़ी की राय है, तो थोड़े कमेंट बॉक्स में लाजमी दसो। ये अज की वीडियो, मिलेंगे तुम अगली वीडियो वास्ते। इजाजत चाहते हैं, अल्लाह हाफिज़।